भाई साहब भाई जसिंदर सिंह जी जोश अपने गुर त्यास ना के संगत नु निहाल करनगे। भाई साहब भाई जसिंदर सिंह जी जोश वाहिगुरु जी का खालसा वाहिगुरु जी की फतेह।
ते वजीरा शक्ति नाल चुकाउंदा जी राजे अते वजीरा ओ परे छोलिया काली परे छोलिया काली रहमत बख्शन तारिया तेरे दर तो मिल जाए दाता मान माणिया पातशाह तेरे दर तो मिल जाए दाता मान माणिया आप चला देवे सेवादार सिर शतर सगारी आप चला देवे हो हक दी रोटी खा टुक दाता हक दी रोटी खा टुक दाता चचदी खाणिया तेरे दर तो मिल जाए दाता मान माया पातशाह तेरे दर तो मिल जाए दाता मान माया ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਪੰਜਵਾਂ ਮਹਾਨ ਗੁਰਮਤਿ ਸਮਾਗਮ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਉਹ ਮਹਾਨ ਅਕੈਡਮੀ ਜਿਹਨੂੰ ਕਿਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਐਸੇ ਖਿਤਾਬ ਦਿੱਤੇ ਸਨ ਆਪ ਮੇਰੇ ਪਾਤਸ਼ਾਹ ਮਹਾਰਾਜ ਇੱਕ विरोधी पार्टी बना देनी एक दूसरे पासे पार्टी बना देनी उन्होंने आपस में जंग करवाना इतों मेरे पातशाह महाराज जी ने गतके की रीत तोरे कि जेड़ा गुरु का खालसा है जेड़ा गुरु का खालसा अपने आप को किसी का वार सहन वास्ते अलर्ट रहता है उसके वास्ते ये महान सतगुरु पातशाह महाराज जी ने गतके की मर्यादा जी गतके की रीत है आनंदपुर साहब की पावन पवित्र धरती से शुरू की इसे अगाह तोड़द्या होया ये भी नौजवान वीर समुचे वीर नौजवान वीर हर साल उपराला करते हैं तो उपराले दे सारिया संगत इन्हों का बहुत वड्डा सहयोग देंदिया ने जो कि विरासत खालसा गतका अकैडमी हबोर श्रोमणी शहीद धन धन बाबा जीवन सिंह जी उन्होंने महान नावा ते सुंदर गुरद्वारा साहब सुशोभित जिथे सतगुरां दी महान रहमत बख्शिश करती है हर साल ही महान रहमत वरसदी है क्योंकि ऐसे उपराले कर लेने
उपराला करने वाले ते बहुत सारिया उंगलों भी उठदियां ने कि ये हो गया जी वो हो गया, पर जेड़ा तर्क होके काम करी जांदा ना जी वो अपनी कौम नूं अगे लै जांदा एक दिन वास्ते। सतगुरु महाराज कृपा करन आओ कुछ कहण तों पहला कुछ सरवण करन तों पहला पातशाह महाराज बादशाह दरवेश गुरु गोबिंद सिंह शाहे शहंशाह गुरु गोबिंद सिंह जी पातशाह महाराज उन्हां वल्लों बड़े महंगे पाते फंदे लैके जिहड़ी फंदे दे नाल साडियां सांझां पा के गए ने, जिहड़ी फंदे साड़ी झोली विच पा के जदों सतगुरु महाराज ने उपदेश दित्ता कि जदों गुरु का सिख गुरु के सिख नूं मिलदा है उदों किहड़ी फंदे बुलाउणी है, आओ फिर आपां वी सारे दोवें हाथ जोड़ के सतगुरां नूं सीस झुका के नमाणियां दे माण सतगुरु नताणियां दे तण सतगुरु ਨਿਉਟਿਆਂ ਦੀ ਓਟ ਮੇਰੇ ਸਤਿਗੁਰ ਪਾਤਸ਼ਾਹ ਮਹਾਰਾਜ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਗੱਦੀ ਦੇ ਸੁਭਾਨ ਮਾਮ ਉਹ ਨਵਾਲਿਆਂ ਨੂੰ ਮਾਣ ਦੇਣ ਵਾਲੀ ਮਹਾਨ ਸ਼ਕਤੀ ਨਤਾਣਿਆਂ ਦੇ ਤਾਣ ਸਤਿਗੁਰੂ ਕੋਟਾ ਖੰਡਾ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਨੂੰ ਸੀਸ ਝੁਕਾ ਕੇ ਇੱਕ ਵਾਰੀ ਸ਼੍ਰੋਮਣੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਪਾਵਨ ਪੁੱਤਰ ਚਰਨਾਂ ਵਿੱਚ ਸੀਸ ਝੁਕਾ ਕੇ ਜਿੰਨੀਆਂ ਵੀ ਸੰਗਤਾਂ ਹਾਜ਼ਰੀ ਭਰੀਆਂ ਨੇ ਮੇਰੇ ਸਤਿਕਾਰਯੋਗ ਵੀਰ ਨੌਜਵਾਨ ਵੀਰ ਸਰਦਾਰ ਸਾਹਿਬ ਸਤਿਕਾਰਯੋਗ ਮੇਰੀਆਂ ਭੈਣਾਂ ਮਾਤਾਵਾਂ ਬੱਚੇ ਬੱਚੀਆਂ ਨੌਜਵਾਨ ਵੀਰ ਸਾਰੀਆਂ ਕੋਈ ਸੇਵਾ ਕਰ ਰਹੇ ਨੇ ਕੁਝ ਇੱਥੇ ਬੈਠ ਕੇ ਆਪਾਂ ਦੀਵਾਨਾਂ ਦਾ ਆਨੰਦ ਮਾਣ ਰਹੇ ਹਾਂ। ਆਓ ਇੱਕ ਵਾਰੀ ਦੋਵੇਂ ਹੱਥ ਜੋੜੋ ਆਪਣੇ ਹਿਰਦੇ ਦੇ ਸਾਹਮਣੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਫਤਿਹ ਦੀ ਸਾਂਝ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਫਿਰ ਆਪਣੀਆਂ ਮਨੋਗਿਰਤੀਆਂ ਗੁਰੂ ਕੇ ਪਾਵਨ ਪੁੱਤਰ ਅਨੰਦਪੁਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਤੇ ਲੈ ਕੇ ਚੱਲੀਏ ਜਿੱਥੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਸਿੰਘਾਂ ਦੀ ਹਫਾਜ਼ਤ ਦੀ ਖਾਤਰ ਛੋਟੇ ਛੋਟੇ ਕਿਲੇ ਸਾਰੇ ਨੇ ਉਹ ਕਿਲੇ ਕਿਹੜੇ ਨੇ, ਇੱਕ ਆਨੰਦਗੜ੍ਹ ਦਾ ਕਿਲਾ, ਇੱਕ ਹੋਲਗੜ੍ਹ ਦਾ ਕਿਲਾ, ਇੱਕ ਆਨੰਦਗੜ੍ਹ ਦਾ ਕਿਲਾ, ਹੋਲਗੜ੍ਹ ਦਾ ਕਿਲਾ, ਇੱਕ ਹੋਰ ਸਾਰੇ ਬਹੁਤ ਸਾਰੇ ਕਿਲੇ ਨੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਨੇ, ਇੱਕ ਇਹ ਦਾਸਤਾਨ ਹੈ ਜਿਹੜੀ ਉਹ ਹੈ ਲੋਹਗੜ੍ਹ ਦੇ ਕਿਲੇ ਦੀ। ਜਦੋਂ ਆਪਾਂ ਰੇਲਵੇ ਟਰੈਕ ਨੂੰ ਕ੍ਰੋਸ ਕਰੀਏ ਦਿਨ ਛੱਡੇ ਬਾਅਦ ਉੱਥੇ ਇੱਕ ਛੋਟਾ ਜਿਹਾ ਕਿਲਾ ਆਉਂਦਾ, ਉਸ ਕਿਲੇ ਦਾ ਨਾਂ ਹੈ ਲੋਹਗੜ੍ਹ ਦਾ ਕਿਲਾ। ਕਹਿੰਦੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਕੁਝ ਗਿਣਤੀ ਦੇ ਸਿੱਖ ਰਹਿੰਦੇ ਨੇ, ਸਤਿਗੁਰਾਂ ਦੇ ਆਲੀਸ਼ਾਨ ਘੋੜੇ ਰਹਿੰਦੇ ਨੇ। ਅੱਜ ਵੀ ਇਹ ਵਿਰਾਸਤ ਦੇ ਖਾਲਸਾ ਗੱਤਕਾ ਅਕੈਡਮੀ ਵਾਲਿਆਂ ਦੇ ਯੂਨੀਫਾਰਮ ਪਾਈ ਹੋਈ ਹੈ। ਇਸ ਤਰ੍ਹਾਂ ਗੱਤਕੇ ਵਾਲੇ ਵੀਰ ਨੇ ਜਿਹੜੇ ਉਹ ਉਹਨਾਂ ਲੋਹਗੜ੍ਹ ਦੇ ਕਿਲੇ ਵਿੱਚ ਰਹਿੰਦੇ ਨੇ। ਇਸ ਲੋਹਗੜ੍ਹ ਦੇ ਕਿਲੇ ਨੂੰ ਤੋੜਨ ਵਾਸਤੇ 22 ਤਿਹਾਰ ਦੇ ਪਹਾੜੀ ਰਾਜਾ ਨੇ ਦਿੱਲੀ ਦੇ ਵਿੱਚ ਮੀਟਿੰਗ ਸੱਦੀ ਹੈ ਜੀ। ਦਿੱਲੀ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਅੱਡੋ ਅੱਡ ਰਾਜਾ ਕੇਸਰੀ ਚੰਦ ਅਤੇ ਭੀਮ ਚੰਦ ਕਹਿਲੂਰ ਦਾ ਬਾਦਸ਼ਾਹ ਆਪਸ ਵਿੱਚ ਦੇ ਸਾਰੇ ਭੋਈਏ ਦੀ ਰਿਸ਼ਤੇਦਾਰੀ ਰੱਖਦੇ ਨੇ। ਕਹਿੰਦੇ ਮੀਟਿੰਗ ਦਿੱਲੀ ਦੇ ਵਿੱਚ ਸੱਦੀ ਹੈ, ਉਹ ਆਪਣੇ ਅਹਿਲਕਾਰਾਂ ਤੋਂ ਵਜ਼ੀਰਾਂ ਤੋਂ ਰਾਇ ਲੈ ਰਿਹਾ ਵੀ ਜਿਹੜਾ ਲੋਹਗੜ੍ਹ ਦਾ ਕਿਲਾ ਨਾ ਜੀ ਇਹਨੂੰ ਤੋੜਿਆ ਕਿਵੇਂ ਜਾਵੇ। ਆਪੋ ਆਪਣੀ ਬੁੱਧ ਹੈ, ਮੇਰੇ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਦੇਤੀ। ਕੋਈ ਆਪਣੀ ਚੇਅਰ ਤੋਂ ਖੜਾ ਹੋ ਕੇ ਕਿਸੇ ਤਰ੍ਹਾਂ ਦੀ ਐਡਵਾਈਸ ਦੇ ਰਿਹਾ, ਕੋਈ ਕਿਸੇ ਤਰ੍ਹਾਂ ਦੀ ਰਾਏ ਦੇ ਰਿਹਾ। ਅਖੀਰ ਵਿੱਚ ਸਾਰੇ ਕਹਿੰਦੇ ਕੇਸਰੀ ਚੰਦ ਨੂੰ, ਕਹਿੰਦੇ ਜੀ ਤੁਹਾਡਾ ਕੀ ਹੁਕਮ ਹੈ, ਤੁਸੀਂ ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋ, ਤੁਸੀਂ ਇਸ ਮੀਟਿੰਗ ਦੀ ਲੋਹਗੜ੍ਹ ਦੇ ਕਿਲੇ ਨੂੰ ਤੋੜਨ ਵਾਸਤੇ ਮੀਟਿੰਗ ਸੱਦੀ ਹੈ, ਤੁਹਾਡਾ ਕੀ ਵਿਚਾਰ ਹੈ, ਸਾਡੀ ਰਾਏ ਰਹੀ ਹੈ, ਤੁਸੀਂ ਐਡਵਾਈਸ ਲਈ ਹੈ, ਅਸੀਂ ਤੁਹਾਡੇ ਮੰਤਰੀ ਹਾਂ, ਅਸੀਂ ਤੁਹਾਡੇ ਅਹਿਲਕਾਰ ਹੈ। ਤੇ ਕਹਿੰਦੇ ਆਪਣੀ ਕੁਰਸੀ ਤੋਂ ਖੜਾ ਹੋ ਕੇ ਨਾ ਰਾਜਾ ਕੇਸਰੀ ਚੰਦ ਭਰਿਆ ਹੰਕਾਰ ਦਾ ਇੱਕ ਵਿਦਵਾਨ ਨੇ ਚੰਦ ਸਤਰਾਂ ਬੜੀਆਂ ਸੁੰਦਰ ਲਿਖੀਆਂ, ਉਹ ਕਹਿੰਦਾ ਕਿਹਾ ਕੇਸਰੀ ਚੰਦ ਨੇ ਉੱਠ ਕੇ ਤੇ ਜਿਹੜਾ ਭਰਿਆ ਹੋਇਆ ਬਹੁਤੇ ਹੰਕਾਰ ਦਾ ਸੀ, ਤੀਰ ਅੰਦਾਜ਼ ਸੀ, ਬਲਵਾਨ ਸੀ, ਤੀਜਾ ਹੌਸਲਾ ਦਿੱਲੀ ਸਰਕਾਰ ਦਾ ਸੀ, ਵਿੱਚ ਜੰਗ ਰਹੇ ਉਸ ਨੂੰ ਵੇਖ ਲੂ ਮੈਂ, ਜਿਹੜਾ ਕਿਲੇ ਅੰਦਰ ਡੀਂਗਾ ਮਾਰਦਾ ਸੀ ਉਹ ਸੇਵਕ ਆਖਦਾ ਉਹਨਾਂ ਦਾ ਇਕੱਠ ਕਿੰਨਾ ਕਿੰਨਾ ਇਕੱਠ ਆ ਜੀ 1,57,000 ਦਾ ਸੀ। ਇੱਧਰ ਗਿਣਤੀ ਦੇ ਸਿੱਖ ਬਾਣਿਆਂ ਦੇ ਵਿੱਚ ਮੇਰੇ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਯੂਨੀਫਾਰਮ ਦੇ ਵਿੱਚ, ਉੱਧਰ ਹੰਕਾਰ ਦੇ ਭਰੇ ਰਾਜੇ, ਉਹ ਕਹਿੰਦਾ ਰਾਜਾ ਕੇਸਰੀ ਚੰਦ ਆਪਣੀ ਚੇਅਰ ਤੋਂ ਖੜਾ ਹੋ ਕੇ ਜਿਹੜਾ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ, ਉਹ ਕਹਿੰਦਾ ਇੱਕ ਲਿਓ ਹਾਥੀ, ਉਹਨੂੰ ਮਨ ਪੱਕੀ ਸ਼ਰਾਬ ਪਿਲਾ ਦਿਓ, ਮੱਥੇ ਤੇ 7 ਤਵੀਆਂ ਮੀਟ ਦਿਓ। ਕਹਿੰਦੇ ਰਜਾ ਸ਼ਰਾਬ ਦੇ ਨਾਲ ਹਾਥੀ ਉਹ ਲੋਹਗੜ੍ਹ ਦੇ ਕਿਲੇ ਦੇ ਨਾਲ ਟੱਕਰਾਂ ਮਾਰ ਮਾਰ ਕੇ ਕਿਲਾ ਤੋੜ ਦੇਗਾ, ਦਰਵਾਜ਼ਾ ਤੋੜ ਦੇਗਾ, ਅੰਦਰ ਵੜ ਦੇਗਾ, ਆਪਣੀ ਜਿੱਤ ਹੋ ਜਾਏਗੀ। ਉਹ ਹੰਕਾਰ ਦਾ ਭਰਿਆ ਰਾਜਾ ਕੇਸਰੀ ਚੰਦ ਕੁਝ ਸਤਰਾਂ ਉਹਨਾਂ ਆਪਣੇ ਅਹਿਲਕਾਰਾਂ ਮੰਤਰੀਆਂ ਵਜ਼ੀਰਾਂ ਨੂੰ ਸਮਝਾਉਂਦਾ ਹੋਇਆ ਕੀ ਕਹਿੰਦਾ, ਆਓ ਸਾਖੇ ਦੇ ਰੂਪ ਵਿੱਚ ਸਰਵਣ ਕਰੀਏ, ਚਾਰ ਵਾਰ ਘੜੀ ਇੱਥਾ ਕਿਉਂ ਬੇਨਤੀ ਕਰ ਰਹੇ ਜੀ।
हाथी ख्याल सवेरे नू हाथी ख्याल सवेरे नू हाथी ख्याल सवेरे नू हाथ नाल रजाइए हाथी ख्याल सवेरे नू मात नाल रजाइए ओ हाथी ख्याल सवेरे नू मात नाल रजाइए हाथी ख्याल सवेरे नू मात नाल रजाइए स्वर्गवासी जथेदार जगमीत सिंह जी उस्ताद जी रत्ता उन्हां दा परिवार का भी धन्यवाद उन्हां दे सुरजे सहयोगियों का भी धन्यवाद जिन्हां ने इस गतका विरासत ए खालसा गतकड़ा अकैडमी क्योंकि नहीं जे एक कले नगर कीर्तना दे विच जाके जिहड़े ने गतके दे जोर दिखाउंदे आ देखो जदों किते साढ़े ते भीड़ बन पैंदी है ना कले होए ते बंदा जिहड़ा इहदे दा पे जाणदा हुंदा है उह फिर किसे तों धोखा नहीं खांदा उह किसे तों सट नहीं खांदा जे इस गतके दे असी गुरसिखे होणगे क्योंकि गुर बड़े महंगे है ते गुर बड़े वधिया है इस नूं सिखण वास्ते ही आ छोटे छोटे बच्चे जिहड़ी साडी आउण वाली पीढ़ी है जनरेशन है इन्हां नूं सिखाउण वास्ते ही गतका अकैडमी है जिहड़ी इह खोली गई है आपां इन्हां दा रिस्पोंस करना सहयोग देना किवें देना है कि हर साल ही जिहड़ा आपां इह सारा सहयोग करदे हां जो सतगुरु पातशाह महाराज जी ने पूछा से ना सजदे मलाल कहिंदे सजदिया तेरा भाड़ा किन्ना बनता तेरी मजदूरी किन्नी बनती है तेरा किराया किन्ना बनता उदो सजदे मलाल ने आख्या से महाराज ਕਿੱਦਾਂ ਲੈ ਲਾ ਮਜ਼ਦੂਰੀ ਮੈਂ ਆਪ ਜੀ ਤੋਂ ਮੈਂ ਤਾਂ ਪ੍ਰੇਮ ਦਾ ਕੀਤਾ ਵਪਾਰ ਦਾ ਤਾਂ ਸੇਵਕਾਂ ਦਾ ਆਪਣੀ ਜਾਤਿ ਕੋ ਮੈਨੂੰ ਕਰਿਓ ਕਬਸਾ ਕਰੋ ਪਾਰ ਦਾਤਾ ਮੇਰੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਹੀਂ ਸਜਿਆ ਇਹ ਮਾਇਆ ਦੇ ਨਾਲ ਕਾਜ ਸੰਸਾਰ ਦੇ ਹੁੰਦੇ ਆ ਮਾਇਆ ਦੇ ਨਾਲ ਹੀ ਕਾਜ ਨੇ ਜਿਹੜੇ ਇਹ ਸੰਸਾਰ ਦੇ ਹੁੰਦੇ ਆ ਤੇਰੀ ਮਿਹਨਤ ਅਸਰ ਨਹੀਂ ਬਣਦੀ ਹੈ ਫਿਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਇੰਨੀ ਮਾਇਆ ਦਿੱਤੀ ਸੱਤ ਕੁਲਾਂ ਨੇ ਜਿਹੜੀਆਂ ਉਹਦੀਆਂ ਉਹ ਤਰ ਗਈਆਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਇੱਕੀ ਕੁਲਾਂ ਤਾਰ ਕੇ ਉਹ ਸਜਦੇ ਮਲਾਹ ਨੂੰ ਛਾਤੀ ਦੇ ਨਾਲ ਲਾ ਕੇ ਇੰਨਾ ਵੱਡਾ ਪਿਆਰ ਬਖਸ਼ਿਸ਼ ਕੀਤਾ ਸੀ ਕਹਿੰਦੇ ਉਹਦੇ ਕੀ ਹੋਇਆ ਭਾਈ ਤਿਹਾਰ ਦੇ ਪਹਾੜੀ ਰਾਜਿਆਂ ਨੇ ਕਹਿੰਦਾ ਇੱਕ ਲਿਆਓ ਹਾਥੀ ਉਹਨੂੰ ਮਨ ਪੱਤੀ ਪਿਲਾਓ ਸ਼ਰਾਬ ਉਹਦੇ ਮੱਥੇ ਤੇ ਵੀੜੋ ਸੱਤ ਤਵੀਆਂ ਉੱਤੇ ਪਾ ਦਿਓ ਝੋਲਾ ਰੱਜਿਆ ਸ਼ਰਾਬ ਦੇ ਨਾਲ ਹਾਥੀ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਤੋੜ ਦੇਗਾ ਅੰਦਰ ਵੜ ਜਾਏਗਾ ਕੁੱਟਲ ਕੁੱਟਲ ਕੇ ਹਾਥੀ ਜਿਹੜਾ ਗੁਰੂ ਕੇ ਉਹ ਸਿੱਖਾਂ ਦੀ ਗਿਣਤੀ ਦੇ ਉਹਨਾਂ ਨੂੰ ਖਤਮ ਕਰ ਦੇਗਾ ਆਪਣੀ ਜਿੱਤ ਹੋ ਜਾਏਗੀ ਕਹਿੰਦੇ ਤਰੀਕਾ ਬੜਾ ਵਧੀਆ ਜੀ ਸੌਖਾ ਇੱਧਰ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਵੀ ਪਤਾ ਲੱਗਿਆ ਕਿਉਂਕਿ ਉਹਨਾਂ ਦੀ ਘਨੌਣੀ ਹਰਕਤ ਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਮੇਰੇ ਪਾਤਸ਼ਾਹ ਮਹਾਰਾਜ ਨੂੰ ਕਿੱਥੇ ਸੁਝੀ ਨੇ ਦੱਸਿਆ ਕਹਿੰਦਾ ਮਹਾਰਾਜ ਉਹਨਾਂ ਨੇ ਤਾਂ ਹਾਥੀ ਤਿਆਰ ਕਰ ਲਿਆ ਕਹਿੰਦੇ ਰਾਹ ਰਾਸ ਦੇ ਟਾਈਮ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਮਹਾਰਾਜ ਦੀਵਾਨ ਸਜਾ ਕੇ ਬੈਠੇ ਨੇ ਸੰਗਤਾਂ ਦੇ ਨਾਲ ਉਹਨਾਂ ਦੇ ਨਾਲ ਕਥਾ ਵਿਚਾਰਾ ਕਰ ਰਹੇ ਨੇ ਗੁਰਬਾਣੀ ਦੀ ਇਤਿਹਾਸ ਦੀ ਵਿਚਾਰ ਕਰ ਰਹੇ ਨੇ ਕਹਿੰਦੇ ਇੰਨੇ ਦੇਰ ਵਿੱਚ ਵੀ ਨਾ ਕਹਿੰਦੇ ਲੋਹਗੜ੍ਹ ਦੇ ਕਿਲੇ ਦਾ ਜਿਹੜਾ ਅੰਚਾਰ ਜਾਂ ਦੁਨੀ ਚੰਦ
नमस्कार करके बैठन लगे ना सतगुरां दे नेत्र खुल गए कहिंदे रह रास दे टाइम तो कुछ पहला सतगुर बैठे दवान सजाए के ते अख खुली ते वेख्या दुनी चंद नूं बैठन लगा सी फते बुलाए के ते हाथी नाल लड़ेगा ए हाथी कहता सेवका सतगुरु मुस्कुराए के दे सतगुरां दे जो नेत्र खुले ना ते दुनी चंद जदों आके मथा टेकन लग्या बैठन लग्या सतगुरु कहिण लगे फिर की होया जे भाई तहार दे पहाड़ी राजा ने हाथी तैयार कीता आ जिहड़ा साडा हाथी है ना ए उस हाथी दा मुकाबला करेगा जदों ना लिया ना सतगुरां ने दुनी जांदा फिर पैरां हेठों जमीन निकल गई जिहड़ा खून सी ओह पाणी बन गया कहण लग्या महाराज किसे ने मेरी शिकायत तां नहीं करती तुहाडे कोले आके वी दुनी जांदा जिहड़ा लोहगढ़ दे किले दे विच प्रसादे कच्चे रखदा है दाल कच्ची रखदा है इहदी सजा तुसीं मेनू हाथी नाल लड़ा के खत्म करना चाहते हो सतगुर पातशाह महाराज कह लगे नहीं दुनी चंदा तेरी जित होनी है तू तैयारी कर बड़े आने बहाने लाए आसे पासे जुगाड़ किया पर नहीं चलिया सतगुर पातशाह महाराज कह लगे ओ दुनी चंदा तेरी जित होनी है तू तैयारी कर सतगुरां दे सामने कह लगा कहना महाराज मेरे जेड़े कम्मां दी डिटेल है ना पहले सुन लो सतगुरु महाराज तां जाणी जाण सब इहने भजणा है कहिंदे कि सुना भी की है कहिंदा महाराज जी मेरे तो बिना पहले तां मेन गल आ वी जिहड़ा लोहगढ़ दे किले दा दरवाजा ना इह मेरे तो बाद कोई बंद नहीं कर सकदा ते कोई खोल नहीं सकदा सतगुरु कहिण लगे होर अगे कहिंदा अगे महाराज इह है मेरे तो बिना कोई देह है जिहड़ी ਉਹ ਵਰਤਾ ਨਹੀਂ ਸਕਦਾ ਬਣਾ ਨਹੀਂ ਸਕਦਾ ਤੇ ਪਾਤਸ਼ਾਹ ਮਹਾਰਾਜ ਫਿਰ ਇਹ ਜਿਹੜੇ ਕੰਮ ਨੇ ਉਹ ਕੌਣ ਕਰੂਗਾ ਸਤਗੁਰ ਮਹਾਰਾਜ ਕਹਿਣ ਲੱਗੇ ਹੋਰ ਦੂਸਰਾ ਬਚਨ ਹੈ ਤੇਰੀ ਜਿੱਤ ਹੋ ਜਾਣੀ ਹੈ ਕਹਿੰਦਾ ਮਹਾਰਾਜ ਫਿਰ ਇੱਕ ਬਚਨ ਹੋਰ ਸੁਣ ਲਓ ਕਹਿੰਦੇ ਕਿਹੜਾ ਉਹ ਕਹਿੰਦਾ ਮਹਾਰਾਜ ਆ ਜਿਹੜੀ ਦੇਗ ਵੱਧ ਜਾਂਦੀ ਹੈ ਆ ਜਿਹੜੀ ਦਾਲ ਵੱਧ ਜਾਂਦੀ ਹੈ ਇਹ ਵੀ ਫਿਰ ਮੈਂ ਸਮਾਪਤ ਕਰਨੀ ਹੁੰਦੀ ਹੈ ਪਾਤਸ਼ਾਹ ਮਹਾਰਾਜ ਜੀ ਕਿਉਂਕਿ ਜਿਹੜੇ ਰਾਗੀ ਢਾਡੀ ਪ੍ਰਚਾਰਕ ਜਿਹੜੇ ਹੁੰਦੇ ਆ ਨਾ ਵਿਚਾਰੇ ਗ੍ਰੰਥੀ ਸਿੰਘ ਹੁੰਦੇ ਆ ਇਹਨਾਂ ਦਾ ਤਾਂ ਨਾਮ ਹੀ ਬਦਨਾਮ ਹੁੰਦਾ ਵੀ ਕਹਿੰਦੇ ਸਾਰੀ ਦੇਖ ਸਕੇ ਕਿਉਂਕਿ ਘਰ ਘਰ ਦੇ ਵਿੱਚ ਜਾ ਕੇ ਚੰਗਾ ਖਾਣਾ ਚੰਗਾ ਲੰਗਰ ਛਕਣਾ ਤੇ ਵੇਟ ਤਾਂ ਆਪੇ ਵੱਧ ਜਾਂਦਾ ਹੈ ਦੇਖ ਕੇ ਇਹਨਾਂ ਦਾ ਵੈਸੇ ਹੀ ਨਾਮ ਲੱਗ ਜਾਂਦਾ ਕਹਿੰਦੇ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਦੁਨੀ ਚੰਦ ਕਹਿਣ ਲੱਗਿਆ ਮਹਾਰਾਜ ਮੇਰੇ ਕੰਮ ਦੀ ਡਿਟੇਲ ਸੁਣ ਲਓ ਕਹਿੰਦਾ ਆਖਰ ਤਾਂ ਮੈਂ ਬੰਦਾ ਹਾਂ ਪੱਥਰ ਦਾ ਘੜਿਆ ਨਹੀਂ ਹਾਥੀ ਨਾਲ ਗੁਰੂ ਜੀ ਬੈਠੋ ਜਾਣਾ ਲੜਿਆ ਨਹੀਂ ਚਾਹ ਜਾਣਾ ਘੜੀ ਅਥਾ ਹੈ ਕਿਉਂ ਬੇਦਕੇ ਕਰ ਰਹੇ ਜੀ ਇਤਿਹਾਸ
ਸਾਹਸ ਬੜੇ ਲਮੇਰੇ ਨੇ ਕਿਉਂਕਿ ਹੱਕ ਪਰਾਇਆ ਨਾਨਕਾ ਉਹ ਸੋਰਸ ਦਾ ਕਿਉਂਕਿ ਕਿਸੇ ਦਾ ਟਾਈਮ ਹੈ ਜਿਹੜਾ ਉਹ ਨਹੀਂ ਖਾਣਾ ਚਾਹੀਦਾ। ਦੋ ਮਿੰਟ ਹਜੇ ਮੇਰੇ ਬਾਕੀ ਰਹਿੰਦੇ ਨੇ। ਧੰਨਵਾਦ ਗੁਰੂ ਕੇ ਸੰਗਤਾਂ ਦਾ ਬੇਅੰਤ ਮਾਣ। ਸਾਡੇ ਤੋਂ ਬਾਅਦ ਬੀਬੀਆਂ ਨੇ ਬੀਬੀ ਜਸਵਿੰਦਰ ਕੌਰ ਜੀ, ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ, ਉਹਨਾਂ ਦੀਆਂ ਬੱਚੀਆਂ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ, ਭੈਣਾਂ ਵੱਲੋਂ, ਵੀਰਾਂ ਵੱਲੋਂ, ਸਾਰੀ ਵਿਰਾਸਤ ਦੇ ਖਾਲਸਾ ਗੱਤਕਾ ਅਕੈਡਮੀ ਉਹਨਾਂ ਦੇ ਸਮੁੱਚੇ ਵੀਰ ਵੱਲਾਂ ਵੱਲੋਂ ਬਹੁਤ ਸਾਰਾ ਮਾਣ। ਸਵਰਗ ਵਾਸੀ ਉਸਤਾਦ ਜੀ ਜਗਮੀਤ ਸਿੰਘ ਜੀ ਰੱਤਾ, ਉਹਨਾਂ ਦੇ ਨਾਂ 'ਤੇ ਬਹੁਤ ਸਾਰਾ ਇਤਿਹਾਸ ਪੇਟ, ਬਹੁਤ ਸਾਰਾ ਮਾਣ ਆਇਆ। ਆਓ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਮਾਣ ਸਨਮਾਨ ਬਖਸ਼ਿਸ਼ ਕੀਤਾ ਹੈ ਸਮੁੱਚੀ ਵਿਰਾਸਤ ਦੇ ਖਾਲਸਾ ਗੱਤਕਾ ਅਕੈਡਮੀ ਉਹਨਾਂ ਦੇ ਸਮੁੱਚੇ ਵੀਰਾਂ ਦਾ, ਸਾਰੇ ਟੀਮ ਦਾ, ਉਹਨਾਂ ਦੀ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਸ਼ਹੀਦ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਉਹਨਾਂ ਦੀ ਸਮੁੱਚੀ ਫੁਲਵਾੜੀ ਜਿਹੜੀ ਇੱਥੇ ਬੈਠੀ ਹੋਈ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਆਓ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ 700 ਮੇਲ ਦੇ ਮਹਾਂਵਾਕ ਅਨੁਸਾਰ। ਪਿਛਲੇ ਸਾਲ ਵੀ ਇਹਨਾਂ ਨੇ ਮਾਣ ਸਨਮਾਨ ਬਖਸ਼ਿਸ਼ ਕੀਤਾ ਸੀ, ਇਸ ਵਾਰ ਵੀ ਬਖਸ਼ਿਸ਼ ਕੀਤਾ। ਆਓ ਇੰਨੀ ਸੇਵਾ ਪ੍ਰਵਾਨ ਕਰਨੀ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੰਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਸੁੱਖਾ ਸਿੰਘ ਜੀ ਔਰ ਬਾਬਾ ਕਾਲ ਸਿੰਘ ਜੀ, ਇਹਨਾਂ ਨੂੰ ਬਣਦਾ ਸਨਮਾਨ ਜੋ ਹੈ ਅੱਜ ਜਸਵਿੰਦਰ ਸਿੰਘ ਜੀ ਜੋਸ਼ ਉਹਨਾਂ ਨੂੰ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।